जी स्वागत है एक बार फिर प्रोग्राम सिरदार दे विच। ते थोड़ी जी माफी जी, लेट हो गई, ब्रेक अपनी लंबी हो गई क्योंकि असी कोशिश कर रहे थे कि थोड़े नाल मेहमान दी गलबात करा सकी। सो सरदार सुवन सिंह दानेवालिया, तुसी बहुत बार जदों तकरीबन साल 1.5 साल दे विच जदों दे आपां प्रोग्राम करदे हां, अपने प्रोग्राम दे विच बहुत बार इन्हां दा नाम सुनिया होना क्योंकि मैं इन्हां दीआं खबरां मैं तुहानूं अग्गे सुणाउणा हुंदा। सो ओह बहुत बहुत धन्नवाद उन्हां दा कि उन्हां ने ओह रेडी ने अपने नाल, हालांकि मैं हुणे ही उन्हां नूं फोन कीता सी। सो भाजी आवाज़ आ रही है जी? हैलो हैलो सुवन भाजी। हाँ जी, आ हाँ रही जी है जी, आवाज आ रही है। हाँ जी भाजी, आपां ऑन एयर हाँ हैं जी हाँ रेडियो जी 5 ਦੇ ਸਰੋਤਿਆਂ ਨਾਲ, ਤੁਸੀਂ ਆਨ ਏਅਰ ਹੋ। ਜੀ, ਸਤਿ ਸ਼੍ਰੀ ਅਕਾਲ ਜੀ। ਰੇਡੀਓ 5 ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪੰਜਾਬ ਦੀ ਧਰਤੀ ਤੋਂ ਜੀ ਜੈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੋ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮੈਂ ਹੁਣੇ ਭਾਜੀ ਸਰੋਤਿਆਂ ਨੂੰ ਇਹ ਕਹਿ ਕੇ ਹਟਿਆ ਕਿ ਆਪਣੀ ਤੁਹਾਡੀ ਗੱਲਬਾਤ ਉਹਨਾਂ ਨਾਲ ਪਹਿਲੀ ਵਾਰੀ ਹੋਈ ਆ, ਪਰ ਮੇਰੇ ਮੂੰਹੋਂ ਨਾ ਉਹਨਾਂ ਨੇ ਤੁਹਾਡਾ ਬਹੁਤ ਵਾਰ ਸੁਣਿਆ ਹੋਣਾ ਕਿਉਂਕਿ ਤੁਹਾਡੀਆਂ ਬਗਤੌਰ ਭਾਜੀ ਦੀਆਂ ਤੇ ਪੱਟੀ ਸਾਹਿਬ ਦੀਆਂ ਖਬਰਾਂ ਅਸੀਂ ਵੀ ਅੱਗੇ ਇੱਥੇ ਸੁਣਾਈ ਦੀਆਂ। ਸੋ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਪਹਿਲਾਂ ਵੀ ਹਜੂਰ ਸਾਹਿਬ ਵਾਲੀ, ਜੇ ਉਹ ਆਪਾਂ ਸਰੋਤਿਆਂ ਨਾਲ ਪੂਰੀ ਸਾਂਝ ਪਾ ਲਈਏ ਕਿ ਕਿਵੇਂ ਇਹ ਪਹਿਲੇ ਤੋਂ ਸ਼ੁਰੂਆਤ ਹੋਈ ਤੇ ਇੱਥੇ ਤੱਕ ਇਹ ਗੱਲ ਪਹੁੰਚੀ ਜਿਹੜੀ ਹੁਣ ਬਾਰ ਬਾਰ ਇੱਕ ਹੀ ਸਿੱਖ ਸ਼ਰਧਾਲੂਆਂ ਦੇ ਨਾਂ ਤੇ ਇਹ ਪੂਰਾ ਮੜਿਆ ਜਾ ਰਿਹਾ। ਤੇ ਦੇਖੋ ਰਿੰਦਰ ਜੀ, ਸਭ ਤੋਂ ਵੱਡੀ ਗੱਲ ਤਾਂ ਇੱਕ ਚੀਜ਼ ਇਹ ਹੈ ਕਿ ਸਾਨੂੰ ਇਹਦੇ ਉੱਤੇ ਸਮਝਣਾ ਪਏਗਾ। ਜੀ ਸ਼ਰਧਾਲੂ ਵੀ ਨੇ, ਵਿੱਚ ਕੁਛ ਲੇਬਰ ਵੀ ਹੈ, ਸਟੂਡੈਂਟ ਵੀ ਨੇ, ਕੋਸੇ ਦੇ ਉਹ ਨੇ ਸਾਰੇ। ਹੁਣ ਜੀ ਇਹਦੇ ਵਿੱਚ ਕੀ ਚੀਜ਼ ਹੋਈ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਸਭ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਲੇਮ ਕਰਨਾ ਸ਼ੁਰੂ ਕੀਤਾ ਸੀਗਾ ਕਿ ਜੀ ਪੰਜਾਬ ਸਰਕਾਰ ਕੁਛ ਕਰ ਨਹੀਂ ਰਹੀ, ਉੱਥੇ ਸ਼ਰਧਾਲੂ ਫਸੇ ਬੈਠੇ ਨੇ, ਉਹਨਾਂ ਨੂੰ ਲਿਆਉਂਦੇ ਜੀ ਹੋਰ ਨਹੀਂ। ਤੇ ਅਸੀਂ ਇਹਨਾਂ ਨੇ ਫਿਰ ਕੀ ਕੀਤਾ ਜੀ, 10 ਬੱਸਾਂ ਜੋ ਐਜ਼ ਪਰ ਹਰਸਿਮਰਤ ਕੌਰ ਬਾਦਲ ਕਲੇਮ ਕਰਦੇ ਨੇ, 10 ਬੱਸਾਂ ਦੇ ਉੱਤੇ ਸ਼ਰਧਾਲੂ ਲੈ ਕੇ ਆਏ ਨੇ। ਜੀ ਹੁਣ ਕੀ ਹੋਣਾ ਚਾਹੀਦਾ ਸੀ, ਜਿਹੜੀਆਂ 10 ਬੱਸਾਂ ਤੇ ਸ਼ਰਧਾਲੂ ਲੈ ਕੇ ਆਏ ਉਹਨਾਂ ਨੂੰ, ਉਹਨਾਂ ਦਾ ਮੈਡੀਕਲ ਚੈੱਕਅਪ ਹੋਣਾ ਚਾਹੀਦਾ ਸੀ, ਉੱਥੋਂ ਮੈਡੀਕਲ ਚੈੱਕਅਪ ਹੋਣਾ ਚਾਹੀਦਾ ਸੀ, ਇੱਥੇ ਆ ਕੇ ਮੈਡੀਕਲ ਚੈੱਕਅਪ ਹੋਣਾ ਸੀ, ਫਿਰ ਉਹਨਾਂ ਨੂੰ ਇਕਾਂਤਵਾਸ 'ਚ ਰੱਖਿਆ ਜਾਣਾ ਚਾਹੀਦਾ ਸੀ, ਕੁਆਰੰਟਾਈਨ ਕਰਨਾ ਸੀ। ਬਟ ਕੀ ਚੀਜ਼ ਹੋਈ ਕਿ ਨਾ ਤਾਂ ਸਰਕਾਰ ਨੂੰ ਪਤਾ ਸੀ, ਆਲ ਆਫ ਸਡਨ ਆਏ ਜੀ ਬਾਰਡਰ, ਉਦੋਂ ਇਸ ਢੰਗ ਦੇ ਨਾਲ ਸੀਲ ਨਹੀਂ ਕੀਤਾ ਸੀ, ਉਹ ਸਿੱਧੇ ਪਿੰਡਾਂ 'ਚ ਚਲੇ ਗਏ। ਜਦੋਂ ਸਿੱਧੇ ਪਿੰਡਾਂ 'ਚ ਚਲੇ ਗਏ, ਗੱਲ ਕਿੱਥੋਂ ਵਿਗੜੀ? ਗੱਲ ਵਿਗੜੀ ਜਦੋਂ ਇੱਕ ਟੈਂਪੂ ਟਰੈਵਲਰ ਦੇ ਉੱਤੇ 23 ਸਵਾਰੀਆਂ ਸੁਰ ਸਿੰਘ ਵਾਲੇ ਆਉਂਦੇ ਨੇ ਅੱਛਾ ਹਿਸਾਰ ਜ਼ਿਲ੍ਹੇ ਦੇ ਵਿੱਚ, ਠੀਕ ਉੱਥੋਂ ਜਦੋਂ ਰੌਲਾ ਪਿਆ ਤਾਂ ਉਹ ਚਰਚਾ ਇਹ ਹੋ ਗਈ ਕਿ ਡਰਾਈਵਰ ਜਿਹੜਾ ਸੀਗਾ ਟੈਂਪੂ ਦਾ, ਉਹਨੂੰ ਕਰੋਨਾ ਪੀੜਤ ਆ। ਉਹ ਓਕੇ ਕਹਿੰਦਾ ਜੀ ਮੈਂ ਤਾਂ ਠੀਕ ਹਾਂ, ਜਾ ਕੇ ਉਹਨੇ ਵੀ ਕਿਹਾ, ਪਰ ਉਸ ਤੋਂ ਬਾਅਦ ਗੱਲ ਚੱਲਣੀ ਸ਼ੁਰੂ ਹੋ ਗਈ ਤੇ ਉੱਥੇ ਆ ਕੇ ਟਾਰਗੇਟ ਹੋ ਗਏ, ਨੰਦੇੜ ਸਾਹਿਬ ਗਏ ਸ਼ਰਧਾਲੂ। ਜੀ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਸਰਕਾਰ ਨੇ 80 ਬੱਸਾਂ ਭੇਜੀਆਂ। 80 ਬੱਸਾਂ ਦੇ ਵਿੱਚ ਅੱਜ ਜਿਹੜੀ ਮੈਂ ਅਪਡੇਟ ਦੇਖ ਰਿਹਾ, ਮੈਨੂੰ ਕਿਉਂਕਿ ਸਮਾਂ ਨਹੀਂ, ਮੇਰੇ ਧਿਆਨ ਚ ਨਹੀਂ ਹੈ, ਇੱਕ ਬ੍ਰਿਗੇਡੀਅਰ ਸਾਹਿਬ ਨੇ ਦੁਆਬੇ ਦੇ ਕਾਂਗਰਸੀ ਲੀਡਰ, ਅੱਛਾ ਜੀ ਉਹਨਾਂ ਨੇ ਆਪਦੇ ਫੇਸਬੁੱਕ ਪੇਜ ਦੇ ਉੱਤੇ ਅਪਡੇਟ ਕੀਤਾ। ਉਹ ਕਹਿੰਦੇ ਜੀ ਕੋਈ 700 ਮਜ਼ਦੂਰ ਜਿਹੜਾ ਸੀਗਾ ਉਹ ਕਰਨਾਟਕਾ ਦੇ ਵਿੱਚ ਨਰਮਾ ਚੋਣ ਗਿਆ ਹੋਇਆ ਸੀ, ਠੀਕ ਹੈ ਜੀ। ਉਹਨਾਂ ਨੇ ਇਹਨਾਂ ਨੂੰ ਅਪਰੋਚ ਕੀਤਾ ਵੀ ਸਾਨੂੰ ਉੱਥੋਂ ਲੈਂਦਾ ਜਾਵੇ। ਉਹ ਪੈਦਲ ਚੱਲ ਕੇ ਹਜੂਰ ਸਾਹਿਬ ਆਉਂਦੇ ਨੇ, ਹਜੂਰ ਸਾਹਿਬ ਤੋਂ ਫਿਰ ਬੱਸਾਂ ਰਾਹੀਂ ਉਹ ਪੰਜਾਬ ਵੀ ਆਉਂਦੇ ਨੇ, ਉਹ ਵੀ ਸ਼ਰਧਾਲੂਆਂ ਦੇ ਖਾਤੇ 'ਚ ਪੈ ਗਏ। ਬਿਲਕੁਲ ਬਿਲਕੁਲ ਠੀਕ ਹੈ, ਹੋਰ ਵੀ ਸ਼ਰਧਾਲੂ। ਇਸੇ ਤਰ੍ਹਾਂ ਇੱਕ ਟਰੱਕ ਬਠਿੰਡੇ ਆਉਂਦਾ ਹੈ, ਗਵਾਲੀਅਰ ਤੋਂ ਚੱਲ ਕੇ 3 ਸਟੇਟ ਪਾਰ ਕਰਦਾ, ਰਾਹ 'ਚ ਉਹਨਾਂ ਨੂੰ ਕੋਈ ਰੋਕਦਾ ਨਹੀਂ, ਬਠਿੰਡੇ ਦੀਆਂ ਝੀਲਾਂ ਤੇ ਜਾ ਕੇ ਉਹਨਾਂ ਨੂੰ ਰੋਕ ਲਿਆ ਜਾਂਦਾ, ਤੇ ਉੱਥੇ ਵੀ ਜਿਹੜਾ ਹੈਗਾ ਉਹ ਮਜ਼ਦੂਰ ਲੋਕ ਨੇ ਜਿਹੜੇ ਆਏ ਨੇ। ਉਹਨਾਂ ਦੇ ਵਿੱਚੋਂ ਲੁਧਿਆਣੇ ਦੇ 2 ਮਜ਼ਦੂਰ ਪੋਜ਼ਿਟਿਵ ਆਏ ਗਏ ਨੇ, ਹੁਣ ਉਹਦੀ ਫੀਡਬੈਕ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਉਹ ਬਠਿੰਡਾ ਦੀ ਪੁਲਿਸ ਨੇ ਫੜ ਲਏ ਸੀਗੇ, ਇੱਥੋਂ ਫਿਰ ਉਹਨਾਂ ਨੇ ਉੱਥੋਂ ਦੀਆਂ ਸੰਬੰਧਿਤ ਜ਼ਿਲ੍ਹਿਆਂ ਨੂੰ ਕਹਿ ਕੇ ਉਹਨਾਂ ਦੀ ਲਿਸਟ ਬਣਾ ਕੇ ਉੱਥੇ ਭੇਜ ਦਿੱਤਾ ਸੀਗਾ, ਟਰੱਕ ਡਰਾਈਵਰ ਦੇ ਮਾਮਲਾ ਦਰਜ ਕਰ ਲਿਆ ਸੀ। ਪਰ ਇੱਕ ਚੀਜ਼ ਦਵਿੰਦਰ ਜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਕੀ ਚੀਜ਼ ਹੈਗੀ ਆ, ਜੀ ਕਿਸੇ ਬੰਦੇ ਨੇ, ਦੋ ਰਿਲੀਜਨ ਟਾਰਗੇਟ ਹੋ ਰਹੇ ਨੇ ਇੱਥੇ, ਇੱਕ ਸਿੱਖ ਇੱਕ ਮੁਸਲਮਾਨ। ਜੀ ਪਰ ਮੈਂ ਇੱਕ ਸਵਾਲ ਕਰਦਾ ਸਾਡੇ ਭਾਰਤੀ ਮੀਡੀਆ ਨੂੰ, ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਾਡੇ ਜ਼ਹਿਰ ਉਗਲ ਰਹੇ ਆ ਉਹਨਾਂ ਲੋਕਾਂ ਨੂੰ, ਜਦੋਂ ਲੋਕਡਾਊਨ ਹੁੰਦਾ ਜੀ, ਕੀ ਤੁਸੀਂ ਸਮਝਦੇ ਹੋ ਕਿ ਸਾਡੇ ਤਾਂ, ਚਲੋ ਅਸੀਂ ਤਾਂ, ਸਾਡੀ ਤਾਂ ਵਾਧੀ 2% ਆ, ਸਾਡੇ ਤਾਂ ਧਾਮ ਹੀ ਇੱਕ ਸੀਗਾ ਜਿੱਥੇ ਅਸੀਂ ਆਏ ਆ, ਪਰ ਹਰਿਦੁਆਰ, ਰਿਸ਼ੀਕੇਸ਼, ਤੁਹਾਡੀ ਵੈਸ਼ਨੋ ਦੇਵੀ, ਪੁਰੀ, ਹੋਰ ਕਿੰਨੇ ਧਾਮ ਸੀਗੇ ਤੇ ਉਹਨੂੰ ਕਿੰਨੇ ਬੰਦੇ ਰੈਸਕਿਊ ਕੀਤੇ, ਉਹ ਰਿਕਾਰਡ ਤੇ ਕਿਉਂ ਨਹੀਂ ਆ ਰਹੇ? ਬਿਲਕੁਲ ਜੀ ਹੁਣ ਦੇਖੋ ਗੁਜਰਾਤ ਇੱਕ ਸਭ ਤੋਂ ਜ਼ਿਆਦਾ ਏਰੀਆ ਹੈਗਾ, ਸੂਬਾ ਜਿੱਥੇ ਗੁਜਰਾਤ ਤੇ ਮਹਾਰਾਸ਼ਟਰ ਜਿੱਥੇ ਕੋਰੋਨਾ ਦੇ ਪੀੜਤ ਲੋਕ ਪਾਏ ਗਏ ਨੇ, ਇਹ ਹੁਣ ਕਿੱਥੋਂ ਆਏ ਨੇ? ਇਹ ਕੋਈ NRI ਤਾਂ ਨਹੀਂ ਸੀਗੇ? ਬਿਲਕੁਲ ਇੱਕ ਜੀਵਨ ਦੱਸ ਦਿਓ, ਮਹਾਰਾਸ਼ਟਰ ਚ ਤਾਂ NRI ਕੋਈ ਹੈ ਨਹੀਂ ਸੀ ਕਿਉਂਕਿ ਇਹਨਾਂ ਨੇ ਪੰਜਾਬ ਚ ਪਹਿਲਾਂ NRI ਨੂੰ ਟਾਰਗੇਟ ਟਾਰਗੇਟ ਕੀਤਾ ਕੀਤਾ ਮੀਡੀਆ ਨੇ। ਜੀ ਹੁਣ ਕੀ ਹੋਇਆ,
ਦੇਖੋ ਇਹ ਲੋਕ ਗਏ ਕਿੱਥੋਂ, ਕੋਈ ਬੱਸਾਂ ਹੁਣ ਮੈਨੂੰ ਇੰਨਾ ਕੁ ਪਤਾ ਹੈ ਵੀ 70-80 ਬੱਸਾਂ ਤਾਂ ਕੱਲੀਆਂ ਵੈਸ਼ਨੋ ਦੇਵੀ ਤੋਂ ਰੈਸਕਿਊ ਲੈ ਕੇ ਗਈਆਂ ਨੇ, 200 ਬੱਸ ਦੇ ਕਰੀਬ ਗੁਜਰਾਤ ਦੀ ਆਈ ਹੈ, ਉਹ ਹਰਿਦੁਆਰ ਤੋਂ ਇਹਨਾਂ ਨੂੰ ਲੈ ਕੇ ਗਈ ਹੈ, ਕੱਲੀ ਗੁਜਰਾਤ ਦੀ, ਕੱਲੀ ਗੁਜਰਾਤ, ਇਸੇ ਤਰ੍ਹਾਂ ਮਹਾਰਾਸ਼ਟਰ ਦੀਆਂ ਵੀ ਹੋਣਗੀਆਂ, ਠੀਕ ਆ, ਹੋਰ ਸੂਬਿਆਂ ਦੀਆਂ ਵੀ ਹੋਣਗੀਆਂ, ਠੀਕ, ਹੁਣ ਉਹਨਾਂ ਦਾ ਕਿਉਂ ਨੀ ਭਾਰਤੀ ਮੀਡੀਆ ਨਾ ਲੈ ਰਿਹਾ, ਨਾ ਲੈ ਰਿਹਾ, ਇਸ ਚੀਜ਼ ਦੱਸੋ ਜੀ, ਬਿਲਕੁਲ, ਇਸ ਕਰਕੇ ਕਾਰਨ ਕੀ ਹੈ ਕਿ ਸਭ ਤੋਂ ਵੱਡੀ ਗੱਲ ਦੇਖੋ, ਮੈਂ ਅੱਜ ਮੇਰਾ ਸਟੇਟਸ ਵੀ ਤੁਸੀਂ ਪੜਿਆ ਹੋਣਾ, ਪਹਿਲਾਂ ਸਾਨੂੰ ਇਹਨਾਂ ਨੇ ਅੱਤਵਾਦੀ ਕਿਹਾ, ਫਿਰ ਨਸ਼ੇੜੀ ਕਿਹਾ, ਫਿਰ ਡਕੈਤ ਕਿਹਾ, ਪਤਾ ਨੀ ਕੀ ਕੁਛ ਕਿਹਾ, ਤੇ ਹੁਣ ਸਾਨੂੰ ਕੋਰੋਨਾ ਬੰਬ ਕਹਿਣ ਲੱਗ ਪਏ, ਨਾਲੇ ਸਾਡੇ ਸਾਡੇ ਹੱਥੋਂ ਲੰਗਰ ਛੱਕਦੇ ਨੇ, ਨਾਲੇ ਸਾਡੇ ਤੋਂ ਪ੍ਰੋਟੈਕਸ਼ਨ ਲੈਂਦੇ ਨੇ, ਬਾਰਡਰਾਂ ਦੇ ਉੱਤੇ ਮਰਦੇ ਨੇ ਸਿੱਖ, ਮਰਦੇ ਨੇ ਬਾਰਡਰਾਂ ਦੇ ਉੱਤੇ ਕਿਤੇ ਵੀ ਰੱਖਿਆ ਸਿੱਖ ਮਰਦੇ ਆ, ਜੇ ਦਿੱਲੀ ਦੇ ਵਿੱਚ ਹੁਣ ਲੰਗਰ ਸਾਰੇ ਹੱਥ ਖੜੇ ਕਰਕੇ, ਮੈਨੂੰ ਇੱਕ ਚੀਜ਼ ਦੱਸੋ, ਜਿਹੜੇ ਬੰਦੇ ਸਿੱਖਾਂ ਦੇ ਖਿਲਾਫ਼ ਮੁਸਲਮਾਨਾਂ ਦੇ ਖਿਲਾਫ਼ ਜ਼ਹਿਰ ਉਗਲ ਰਹੇ ਨੇ, ਉਹ ਇੱਕ ਚੀਜ਼ ਤਾਂ ਦੱਸਦੇ ਨੇ ਵੀ ਉਹਨਾਂ ਨੇ ਲੰਗਰ ਛਕਾਇਆ ਕਿਸੇ ਨੂੰ, ਬਿਲਕੁਲ, ਭਾਵੇਂ ਉਹ ਬੰਬੇ ਆ, ਸਾਡੇ ਤੁਸੀਂ ਆਸਾਮ ਦੇ ਵਿੱਚ ਦੇਖੋ, ਗੁਹਾਟੀ ਦੇ ਵਿੱਚ ਗਰੀਬ ਸਿੱਖ ਰਹਿੰਦੇ ਨੇ, ਤੁਹਾਨੂੰ ਮੈਂ ਵੀ ਉਹ ਵੀਡੀਓ ਮੈਂ ਐਡਿਟ ਕਰ ਰਿਹਾ, ਮੇਰੇ ਕੋਲ ਪਈ ਆ, ਸਮਾਂ ਨੀ ਮੈਨੂੰ ਮਿਲ ਰਿਹਾ, ਉੱਥੇ ਸਾਡੇ ਦਰਜਾ 4 ਦੇ ਜਿਹੜੇ ਸਵੀਪਰ ਕਲਾਸ ਉੱਥੋਂ ਦੀ ਉੱਥੇ ਕੰਮ ਕਰਦੇ ਨੇ ਗੁਹਾਟੀ ਦੇ ਵਿੱਚ ਸਿੰਘ ਆਪਣੇ, ਉਹਨਾਂ ਕੋਲੇ ਘਰ ਨਹੀਂ ਹੈਗੇ, ਤੁਸੀਂ 10x10 ਦੇ ਕਮਰਿਆਂ ਚ ਉਹ ਇੱਕ ਇੱਕ ਪਰਿਵਾਰ ਰਹਿ ਰਹੇ ਨੇ, ਉਹ ਵੀ ਸ਼ਰਧਾ ਦੇ ਨਾਲ ਆਪਦੀ ਨੇਕ ਕਮਾਈ ਦੇ ਵਿੱਚੋਂ ਲੰਗਰ ਦੀ ਸੇਵਾ ਕਰ ਰਹੇ ਨੇ, ਬਿਲਕੁਲ, ਦੇਖੋ ਲਗਾਤਾਰ, ਠੀਕ ਹੈ, ਉਹ ਸਾਡੇ ਕੌਮ ਤੋਂ ਲੰਗਰ ਛੱਕ ਕੇ ਸਾਡਾ ਹੀ ਸਭ ਕੁਛ ਖਾ ਕੇ ਸਾਨੂੰ ਹੀ ਬਦਨਾਮ ਕੀਤਾ ਜਾ ਰਿਹਾ, ਜੀ 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 ਜੀ, ਬਿਲਕੁਲ ਬਿਲਕੁਲ ਬਿਲਕੁਲ, ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ, ਇਹ ਇੱਕ ਟਾਰਗੇਟ ਜਿਹੜੀ ਹੈ ਨਾ, ਦੇਖੋ ਇੱਕ ਬੁੱਲ ਬੇਸ ਟਾਰਗੇਟ ਆਪਾਂ ਕਹਿੰਦੇ ਹਾਂ ਕਿ ਬੁੱਲ ਦੇ ਵਿੱਚ ਬੁਲਟ ਕਰਨਾ ਜਿਹੜਾ ਹੈਗਾ, ਗੋਲੀ ਮਾਰਨੀ ਕਿਸੇ ਨੂੰ ਟਾਰਗੇਟ ਦੇ ਉੱਤੇ ਨਿਸ਼ਾਨਾ ਲਾਉਣਾ, ਇਹ ਇੱਕ ਹੁਣ ਸਿੱਖਾਂ ਨੂੰ ਇੱਕ ਬੜੇ ਸਾਜਿਸ਼ੀ ਤਰੀਕੇ ਦੇ ਨਾਲ ਨਾਲੇ ਤਾਂ ਪਾੜਿਆ ਜਾ ਰਿਹਾ, ਪਹਿਲਾਂ ਦੇਖੋ ਕੀ ਹੋਇਆ, ਪਹਿਲਾਂ NRI ਤੇ ਪੰਜਾਬ ਦੇ ਸਿੱਖਾਂ ਨੂੰ ਪਾੜਤਾ, ਜੀ ਜੀ ਜੀ, ਗੁੱਸਾ ਦੇਖੋ ਕਿੰਨਾ ਵਧਿਆ NRI ਵੀਰਾਂ ਦੇ ਵਿੱਚ ਵੀ, ਸਾਨੂੰ ਪੰਜਾਬ ਵਾਲੇ ਕਹਿੰਦੇ ਆ, ਹੁਣ ਸ਼ਰਧਾਲੂਆਂ ਦੇ ਤੋਂ ਪੰਜਾਬ ਵਾਲੇ ਘਰ ਦਾ ਘਰ ਪਾੜਤਾ, ਜੀ ਜੀ ਜੀ, ਪਰ ਇੱਕ ਚੀਜ਼ ਦੱਸੋ ਕਿ ਦੇਖੋ ਹੁਣ ਚੀਜ਼ ਕੀ ਹੈ ਕਿ ਇਹ ਤਾਂ ਸ਼ਰਧਾਲੂ ਆਏ ਸੀ, ਇਹਨਾਂ ਦੇ ਤਾਂ ਟੈਸਟ ਹੋ ਗਏ ਜੀ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਮਹੱਲੇ ਇੱਕ ਮਹੱਲਾ ਫੜੇ ਉਹਦੇ ਟੈਸਟ ਕਰੇ, ਫਿਰ ਮੈਂ ਗੱਲ ਕਰਾਂਗਾ ਨਾ, ਬਿਲਕੁਲ, ਉਹ ਰਾਤੀ ਕਿੰਨੇ ਹੈਗੇ ਨੇ, ਮੈਂ ਸੁਣਿਆ ਬਿਮਾਰੀ ਆ, ਬਿਲਕੁਲ, ਉਹਨੇ ਨਾ ਦੇਖੋ ਉਹਨੇ ਨਾ ਖਾਨ ਵੇਖਣਾ, ਨਾ ਕੁਮਾਰ ਦੇਖਣਾ, ਨਾ ਸ਼ਰਮਾ ਦੇਖਣਾ, ਨਾ ਦਾਨੇਲੀਆ ਦੇਖਣਾ, ਨਾ ਦਵਿੰਦਰ ਸਿੰਘ ਦੇਖਣਾ, ਨਾ ਕਿਸੇ ਹੋਰ ਦੇਖਣਾ, ਬਿਲਕੁਲ, ਪਰ ਦੇਖੋ ਇੱਕ ਇਹ ਬਦਕਿਸਮਤੀ ਹੈ ਕਿ ਇਸ ਤਰੀਕੇ ਦੇ ਨਾਲ ਮੀਡੀਆ ਜਦੋਂ ਬਦਨਾਮ ਕਰਦਾ ਕਿਸੇ ਕਮਿਊਨਿਟੀ ਨੂੰ, ਇਹ ਤੋਂ ਮਾੜੀ ਗੱਲ ਨੀ ਹੈਗੀ, ਜੀ ਜੀ ਜੀ, ਪਰ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਸਿਆਸਤ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ, ਅੱਜ ਉਹੀ ਹਰਸਿਮਰਤ ਕੌਰ ਬਾਦਲ ਚੁੱਪ ਕਰੇ ਬੈਠੇ ਨੇ, ਉਹ ਕਿਉਂ ਨੀ ਬੋਲਦੇ, ਪਹਿਲਾਂ ਉਹ ਕਹਿੰਦੇ ਸੀ ਸਰਕਾਰ ਕੁਛ ਨੀ ਕਰ ਰਹੀ, ਪਹਿਲਾਂ ਇਹ ਕਹਿ ਰਹੇ ਕੁਛ ਨੀ ਕਰਦੀ, ਲਿਆਉਂਦੇ ਨੀ, ਆਏ ਨੀ, ਮੈਂ ਕਦੋਂ ਕਹਿੰਦਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਲਿਆਉਣੇ ਨਹੀਂ ਚਾਹੀਦੇ ਸੀ, ਪਰ ਜਿਹੜੇ ਤੁਸੀਂ ਲੈ ਕੇ ਆਏ ਹੋ ਉੱਥੇ ਬੱਸਾਂ ਤੇ ਬਿਠਾ ਕੇ ਲੈ ਕੇ ਆਏ ਹੋ, ਤੁਸੀਂ ਉਹਨਾਂ ਦਾ ਮੈਡੀਕਲ ਉੱਥੋਂ ਜਾਂਚ ਕਿਉਂ ਨੀ ਕਰਾਈ, ਜੀ ਜੀ, ਫਿਰ ਇੱਥੇ ਬਾਰਡਰ ਤੇ ਆ ਕੇ ਜਾਂਚ ਕਿਉਂ ਨੀ ਕਰਾਈ, ਸਰਕਾਰ ਆਪਣੇ ਆਪ ਨੂੰ ਉਹਨਾਂ ਨੂੰ ਕੁਆਰੰਟਾਈਨ ਕਰਦੀ, ਤੁਸੀਂ ਅੱਜ ਤਾਂ ਕਹਿ ਰਹੇ ਹੋ ਸ਼ਰਧਾਲੂ, ਮੈਨੂੰ ਐਂ ਦੱਸੋ ਵੀ ਤੁਸੀਂ ਜਦੋਂ ਉੱਥੋਂ ਸ਼ਰਧਾਲੂ ਚੱਲ ਰਹੇ ਸੀ ਉਦੋਂ SGPC ਕਿੱਥੇ ਸੀ, ਉਦੋਂ SGPC ਨੇ ਕਿਉਂ ਨੀ ਕਿਹਾ ਕਿ ਸਾਡੇ ਭਾਈ ਸਰਾਵਾਂ ਦੇ ਵਿੱਚ ਸ਼ਰਧਾਲੂ ਰੱਖੇ ਜਾਣ, ਗੁਰੂ ਘਰ ਤੋਂ ਆ ਰਹੇ ਨੇ, ਗੁਰੂ ਘਰ ਰੱਖੇ ਜਾਣ, ਇੱਥੇ ਲੰਗਰ ਦੇਵਾਂਗੇ, ਜੀ, ਪਰ ਕਿੱਥੇ ਇੱਥੇ ਰਹਾਉਣੇ ਪੈ ਗਏ ਜੀ, ਸਰਸੇ ਇਹਨਾਂ ਦੇ ਬਿਆਸ ਵਾਲਿਆਂ ਦੇ ਡੇਰੇ ਚ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਤੇ ਲੰਗਰ ਦੇਣ ਲੱਗ ਪਈਆਂ ਤੁਹਾਡੀਆਂ ਸਮਾਜਿਕ ਉਹ ਜਥੇਬੰਦੀਆਂ ਜਿਹਨਾਂ ਦਾ ਪ੍ਰਸ਼ਾਸਨ ਦੇ ਨਾਲ ਡਾਂਡਾ ਤੁੱਪਾ ਸੀਗਾ, ਉਹਨਾਂ ਨੇ ਵਿੱਚੋਂ ਪੈਸੇ ਛਕਣੇ ਸੀ, ਇਸੇ ਕਾਰਨ ਹੈ ਕਿ ਸ਼ਰਧਾਲੂਆਂ ਦੀ ਸੇਵਾ ਨੀ ਹੋਈ, ਤੇ ਜੇ ਇਹੀ ਗੁਰੂ ਘਰਾਂ ਦੀ ਜ਼ਿੰਮੇਵਾਰੀ ਹੁੰਦੀ, ਉੱਥੇ ਇੱਕ ਕਮਰੇ ਦੇ ਵਿੱਚ ਦੋ ਦੋ ਬਚਾਣੇ ਬੈਠੇ ਹੁੰਦੇ, ਅਟੈਚ ਬਾਥਰੂਮ ਸੀ, ਲੰਗਰ ਸੀ, ਸਾਰੇ ਇੰਤਜ਼ਾਮ ਹੋ ਜਾਂਦੇ, ਜੀ ਜੀ, ਹੁਣ ਇੱਕ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ ਕਿ ਇੱਕ ਡੇਰੇ ਦੇ ਵਿੱਚ ਥੱਲੇ ਉੱਤੇ ਜਦੋਂ 3-4 ਬੰਦੇ ਪੋਜ਼ਿਟਿਵ ਆ ਗਏ, ਉੱਥੋਂ ਦੇ ਤਾਂ ਕੀ ਕਹਿੰਦੇ ਆਪਣੇ ਸੇਵਾਦਾਰ ਛੱਡ ਕੇ ਭੱਜ ਗਏ, ਤੇ ਜੇ ਇਹ ਗੁਰੂ ਘਰ ਹੁੰਦੇ ਸਾਡੇ ਸੇਵਾਦਾਰ ਤਾਂ ਨੀ ਭੱਜਦੇ, ਭੱਜਦੇ ਕਦੀ ਨੀ ਭੱਜਦੇ, ਹਾਂ, ਸੋ ਅੱਛਾ ਅੱਛਾ ਭਾਜੀ, ਇੱਕ ਸਵਾਲ, ਸੋਰੀ ਮੇਰੇ ਮਨ ਚ ਆਉਂਦਾ, ਮੈਂ ਰਾਤ ਵੀ ਇਹ ਸੋਚ ਰਿਹਾ ਸੀ ਕਿ ਮੋਸਟਲੀ ਆਪਾਂ ਹੁਣ ਜਿਹਦਾ ਲੋਕਡਾਊਨ ਫੇਰ ਵਧਾ ਤਾ ਹਨਾ, ਇੰਡੀਆ ਚ ਵੀ ਵਧਾਇਆ, ਇਹ ਲੋਕਡਾਊਨ ਦਾ ਤਾਂ ਅਸਲੀ ਮੰਤਵ ਇਹ ਆ ਕਿ ਤੁਸੀਂ ਇੱਕ ਏਰੀਆ ਡਿਫਾਈਨ ਕਰ ਲੈਣਾ ਵੀ ਭਾਜੀ ਇੱਥੇ ਇੱਥੇ ਰੈੱਡ ਜੋਨ ਆ ਜਾਂ ਇੱਥੇ ਇੱਥੇ ਜ਼ਿਆਦਾ ਬੰਦੇ ਆ, ਬਾਕੀ ਹੌਲੀ ਹੌਲੀ ਫਿਰ ਤੁਸੀਂ ਉਹਨੂੰ ਖੋਲਣਾ ਸ਼ੁਰੂ ਕਰ ਦੇਣਾ, ਤਾਂ ਕਿਉਂਕਿ ਹੁਣ ਆਪਾਂ ਸਾਰੀ ਜ਼ਿੰਦਗੀ ਤਾਂ ਲੋਕਡਾਊਨ ਚ ਨਹੀਂ ਨਾ ਰਹਿ ਸਕਦੇ, ਸੋ ਜਦੋਂ ਉਹ ਇਹਨੂੰ ਪਤਾ ਲੱਗ ਗਿਆ ਵੀ ਇੱਥੇ ਇੰਨੇ ਕੁ ਬੰਦੇ ਹੈਗੇ ਆ, ਫਿਰ ਆਪਾਂ ਉਹਨੂੰ ਹੌਲੀ ਹੌਲੀ ਖੋਲਣਾ, ਪਰ ਜੇ ਇਹ ਬਾਹਰੋਂ ਆਉਣ ਵਾਲੇ ਬੰਦੇ ਜਿਹੜਾ ਸਾਡਾ ਸਿਸਟਮ ਆ, ਜਿਹੜੇ ਬਾਹਰੋਂ ਬੰਦੇ ਆਉਂਦੇ, ਜੇ ਉਹਨਾਂ ਨੂੰ ਇਹ ਕੰਟਰੋਲ ਹੀ ਨਹੀਂ ਕਰ ਸਕਦੇ, ਫਿਰ ਤਾਂ ਲੋਕਡਾਊਨ ਤੁਸੀਂ ਜਿੰਨਾ ਚਿਰ ਮਰਜ਼ੀ ਲਾਈ ਰੱਖੋ, ਫਿਰ ਤਾਂ ਉਹਦਾ ਫਾਇਦਾ ਹੀ ਕੋਈ ਨਹੀਂ ਹੋਣਾ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਹਨਾਂ ਨੇ ਆਈਡੈਂਟੀਫਾਈ ਕੌਣ ਕੀਤੇ ਨੇ, ਇਹ ਤਾਂ ਬਾਹਰੋਂ ਆਉਣ ਵਾਲੇ ਹੀ ਕੀਤੇ ਆ, ਅੰਦਰ ਨੇ ਤਾਂ ਹਜੇ ਕਰਨੇ ਬੰਦ, ਉਹਨਾਂ ਨੇ ਤਾਂ ਟੈਸਟ ਹੀ, ਉਹਦਾ ਬੰਬ ਤਾਂ ਹਜੇ ਘਰਾਂ 'ਚ ਬੈਠੇ ਨੇ, ਟੈਸਟ ਹੀ ਨਹੀਂ ਕੀਤੇ, ਬਿਲਕੁਲ, ਬੰਬ ਤਾਂ ਹਜੇ ਘਰਾਂ 'ਚ ਬੈਠੇ ਨੇ ਨਾ, ਜੀ ਜੀ ਜੀ, ਜਦੋਂ ਉਹ ਹੁਣ ਲੋਕਡਾਊਨ ਖੋਲਣਗੇ ਉਦੋਂ ਖਲਾਰਾ ਪੈਣਾ, ਜੀ,
ਜਦੋਂ ਭੀੜਾਂ ਸੜਕਾਂ ਤੇ ਆਉਣਗੀਆਂ ਇਹ ਤਾਂ ਦੇਖੋ ਹੁਣ ਉਹੀ ਹੋ ਗਈ ਨਾ ਕਮਿਊਨਿਟੀ ਟ੍ਰਾਂਸਫਰਮੇਸ਼ਨ ਹੋ ਗਈ ਕਮਿਊਨਿਟੀ ਪਰਸਨ ਟੂ ਪਰਸਨ ਹੋ ਗਈ ਕਿੱਥੋਂ ਹੋਣੀ ਹੈ ਕਿੰਨੀ ਕਿਹਦੀ ਇਨਫੈਕਸ਼ਨ ਜੀ 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 ਪਹਿਲਾਂ ਤਾਂ ਇਹ ਸੀਗਾ ਜੀ ਫਲਾਨਾ ਬੰਦਾ ਆ ਗਿਆ ਇੱਕ ਬੰਦਾ ਆ ਗਿਆ ਉਹ ਤਿੰਨਾਂ ਨੂੰ ਮਿਲਿਆ ਹੁਣ ਹੁਣ ਤਿੰਨ ਕਾ ਕਿੰਨੇ ਨੂੰ ਮਿਲ ਗਏ ਹੁਣ ਲੰਗਰ ਸੀ ਦੇਖੋ ਇੱਕ ਚੀਜ਼ ਦੇਖੋ ਜਿਹੜੇ ਹੁੱਕਾ ਪਾਰਟੀ ਵਾਲੇ ਸੀ ਰਾਜਪੁਰੇ ਵਾਲੇ ਹਾਂਜੀ ਉਹਨਾਂ ਦੀ ਕਿਸੇ ਨੇ ਗੱਲ ਨੀ ਕੀਤੀ ਉਹਨਾਂ ਨੂੰ ਇੱਕ ਸਿਆਸੀ ਲੀਡਰ ਨੇ ਪਰਮਿਟ ਦਵਾਤਾ ਹੁੱਕਾ ਪੀਂਦੇ ਨੇ ਸਾਰਾ ਰਾਜਪੁਰੇ ਨੂੰ ਉਹਨਾਂ ਨੇ ਕਰਕੇ ਰੱਖ ਤਾ ਕਿੰਨੇ ਬੰਦੇ ਹੋ ਗਏ ਜੀ ਹੁਣ ਦੇਖੋ ਚੀਜ਼ ਦੇਖੋ ਹੋਰ ਇੱਕ ਤੁਹਾਨੂੰ ਬੜੀ ਇੰਟਰਸਟਿੰਗ ਜਿਹੜੇ ਮੇਰੇ ਖਿਆਲ 135 ਆਈਡੈਂਟੀਫਾਈ ਹੋਏ ਨੇ ਕੋਰੋਨਾ ਪੋਜ਼ਿਟਿਵ ਸ਼ਰਧਾਲੂ ਅੱਛਾ ਜੀ ਠੀਕ ਹੈ 135 ਤੇ ਜਲੰਧਰ ਕਿੰਨੇ ਸੀਗੇ ਜੀ ਜਲੰਧਰ ਦਾ 190-95 ਪਹਿਲਾਂ ਹੀ ਸੀਗੇ ਜਿਹਦਾ ਮਤਲਬ ਸ਼ਰਧਾਲੂ 135 ਨੇ ਤੇ ਜਲੰਧਰ ਦੇ ਵਿੱਚ 90 ਕੀ ਨੇ ਲਿਆਦੇ ਜੀ ਕੀ ਨੇ ਕਰਦਾ ਉਹਦਾ ਵੀ ਜਵਾਬ ਮੰਗਦਾ ਮੰਗਦਾ ਬਿਲਕੁਲ 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 ਇਸ ਕਰਕੇ ਜਿਹੜੀਆਂ ਚੀਜ਼ਾਂ ਦੇਖੋ ਕੁਆਰੰਟਾਈਨ ਜਿਹੜਾ ਤੁਸੀਂ ਲੋਕਡਾਊਨ ਦਾ ਲੋਕਡਾਊਨ ਤਾਂ ਦੇਖੋ ਵਰਲਡ ਵਾਈਡ ਹੈ ਸਭ ਤੋਂ ਇਸ ਚੀਜ਼ ਦੇ ਤੁਹਾਨੂੰ ਵਰਲਡ ਕਨਫਿਊਜ਼ਡ ਹੈ ਇਹ ਸਾਰੇ ਮਾਮਲੇ ਦੇ ਉੱਤੇ ਠੀਕ ਹੈ ਜਦੋਂ ਆਲਰੇਡੀ ਤੁਹਾਨੂੰ ਪਤਾ ਹੀ ਨੀ ਹੈਗਾ ਵੀ ਹੋ ਕੀ ਰਿਹਾ ਕਿੰਨੇ ਟਾਈਪ ਦੀ ਹੈ ਕਿਹਦੀ ਚੀਜ਼ ਹੈ ਇਹ ਵਿਗੜਿਆ ਹੋਇਆ ਨਮੂਨੀਆ ਜੀ ਦੇਖੋ ਤੁਹਾਨੂੰ ਨਮੂਨੀਆ ਦੀ ਸ਼ਿਕਾਇਤ ਹੋ ਗਈ ਮੌਸਮ ਬਦਲ ਰਿਹਾ ਹੱਡ ਪੈਰ ਟੁੱਟ ਰਹੇ ਤਾਂ ਬੇਸਿਕ ਜੋ ਸਿਮਟਮਸ ਕਰੋਨਾ ਦੇ ਆ ਉਹ ਸਿਮਟਮਸ ਤਾਂ ਸਾਨੂੰ ਰੂਟੀਨ ਚ ਹੀ ਆਉਂਦੇ ਰਹਿੰਦੇ ਨੇ ਜੀ 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 ਠੰਡਾ ਪਾਣੀ ਪੀ ਲਓ ਗਲਾ ਖਰਾਬ ਹੋ ਜਾਂਦਾ ਸਾਡਾ ਹਾਂਜੀ 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 ਚਲੋ ਠੀਕ ਹੈ ਉਹ ਵੀ ਇਹਦੇ ਸਿਮਟਮ ਹੈ ਜੁਕਾਮ ਵੀ ਇਹਦਾ ਸਿਮਟਮ ਹੈ ਖੰਘ ਵੀ ਇਹਦੀ ਸਿਮਟਮ ਹੈ ਸਾਹ ਪੱਟਿਆ ਜਾਣਾ ਵੀ ਇਹਦਾ ਸਿਮਟਮ ਹੈ ਹੁਣ ਪਿੱਛੇ ਦੀ ਇੱਕ ਬੱਚਾ ਸੀਗਾ ਉਹਦਾ ਉਹਨੂੰ ਤਮੇ ਦਾ ਮਰੀਜ਼ ਸੀ ਉਹਦਾ ਸਾਹ ਪੱਟਿਆ ਗਿਆ ਉਹਨੂੰ ਡਰਦੇ ਨੇ ਕਿਸੇ ਨੇ ਹੱਥ ਲਾਇਆ ਜੀ ਹਾਂ ਇਹ ਵੀ ਕਾਫੀ ਪ੍ਰੋਬਲਮ ਆ ਰਹੀ ਨਾ ਬਾਕੀ ਜਿਹੜੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਮਰੀਜ਼ ਸੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਸੋ ਦੇਖੋ ਜੀ ਬਹੁਤ ਜ਼ਿਆਦਾ ਹੋ ਗਈ ਜੀ ਸਾਰੇ ਜਣੇ ਸਫਰ ਹੋ ਰਹੇ ਨੇ ਸਫਰ ਹੋ ਰਹੇ ਏਸੀ ਦੇ ਵਿੱਚ ਇੱਕ ਪ੍ਰੈਗਨੈਂਟ ਬੱਚੀ ਸੀਗੀ ਲੇਡੀ ਸੀ ਉਹਨੂੰ ਡਾਕਟਰ ਨੇ ਜਵਾਬ ਦਿੱਤਾ ਜਿਹਦੇ ਕੋਲ 10 ਮਹੀਨੇ ਦਵਾਈ ਲੈਂਦੀ ਰਹੀ ਦੇਖੋ ਤਾਂ ਬਿਲਕੁਲ ਉਹਨੂੰ ਕਿਤੇ ਹੋਰ ਡਾਕਟਰ ਨੇ ਆਪਰੇਟ ਕੀਤਾ ਤੇ ਚਲੋ ਪਰਿਵਾਰ ਜਾਣ ਪਛਾਣ ਵਾਲਾ ਸੀ ਜੇ ਮਾੜਾ ਬੰਦਾ ਹੁੰਦਾ ਕੌਣ ਆਪਰੇਟ ਕਰਦਾ ਕਰ ਸਕਦਾ ਸੀ ਬਿਲਕੁਲ ਬਿਲਕੁਲ ਸੋ ਸਥਿਤੀ ਜਿਹੜੀ ਹੈ ਵਰਲਡ ਵਾਈਡ ਇੱਕ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜਿਹਦਾ ਜੀ ਕਰਦਾ ਚੱਕ ਕੇ ਹਿੰਦੂ ਸਿੱਖ ਮੁਸਲਮਾਨ ਅਸੀਂ ਇਹਦੇ ਤੇ ਵੀ ਤੁਰਦੇ ਚੱਲ ਪਏ ਬਿਲਕੁਲ ਜੀ ਬਿਲਕੁਲ ਨਫ਼ਰਤ ਜਿਹੜੀ ਨਫ਼ਰਤ ਦਵੀ ਪੋਲਰਾਈਜੇਸ਼ਨ ਹੋ ਰਹੀ ਹੈ ਬੜੀ ਖਤਰਨਾਕ ਹੋ ਰਹੀ ਹੈ ਖਤਰਨਾਕ ਹੋ ਰਹੀ ਹੈ ਬਹੁਤ ਖਤਰਨਾਕ ਮੋੜ ਦੇ ਆ ਚੀਜ਼ ਹੈ ਹੁਣ ਤੁਹਾਡੇ ਇੰਗਲੈਂਡ ਦੇ ਰਾਜੇ ਰਾਣੀਆਂ ਇਹਨਾਂ ਦਾ ਪਰਿਵਾਰ ਹੋ ਗਿਆ ਦੱਸੋ ਹੁਣ ਇਹ ਇਹਨਾਂ ਨੂੰ ਕੀ ਕਹੋਗੇ ਤੁਸੀਂ ਬਿਲਕੁਲ 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 ਹਾਂਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਵਾਈਫ ਨੂੰ ਹੋ ਸਕਦਾ ਹਾਂਜੀ 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 ਬਿਲਕੁਲ ਸੋ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਟ੍ਰੇਟ ਵੇ ਤੁਸੀਂ ਲਾਈਨ ਤੇ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਆਪਾਂ ਫਿਰ ਕਰਦੇ ਗੱਲਬਾਤ ਜੀ ਬਹੁਤ ਧੰਨਵਾਦ ਸਰ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਓਕੇ